ਲੱਗਦਾ ਪਿਆ ਹੁਣ ਠੀਕ ਹੈ ਅੱਗੇ ਨਾਲ ਥੋੜਾ ਠੀਕ ਲੱਗਦਾ ਹੈ ਥੋੜਾ ਲੱਗਦਾ ਜ਼ਿਆਦਾ ਨਹੀਂ ਆ ਪੇਟ ਸਿਰ ਚ ਬੜੀ ਹੁੰਦੀ ਆ ਜਦੋਂ ਕੁਝ ਸੋਚਦਾ ਨਾ ਜਾਂ ਕੁਝ ਬੋਲਦਾ ਬੜੀ ਪੀੜ ਹੁੰਦੀ ਤੁਸੀਂ ਹੁਣ ਇਦਾਂ ਕਰੋ ਕੁਝ ਸੋਚੋ ਨਾ ਦਿਮਾਗ ਦੇ ਨਾਲ ਆਪਣਾ ਬੋਝ ਨਾ ਪਾਓ ਠੀਕ ਆ ਤੂੰ ਨਾਲ ਹੀ ਆ ਨਾ ਮੇਰੇ ਹਾਂ ਹਾਂ ਮੈਂ ਤੇ ਨਾਲ ਹੀ ਆ ਠੀਕ ਆ ਤੇ ਰੈਸਟ ਕਰੋ ਠੀਕ ਆ ਜੇ ਕੁਝ ਖਾਣਾ ਪੀਣਾ ਤੇ ਫਿਰ ਮੈਨੂੰ ਦੱਸ ਦਿਓ ਜੇ ਭੁੱਖ ਲੱਗੂਗੀ ਕੋਈ ਨਹੀਂ ਦੱਸ ਦੂੰਗਾ ਚਲ ਮੈਂ ਸੌ ਜਾਣਾ ਘੜੀ ਹੁਣ ਠੀਕ ਆ ਘੜੀ ਰੈਸਟ ਕਰ ਲਓ ਫਿਰ दवाई दे दो पूरे पूरे टाइम सारी चिट बना के दी सहज उठो दवाई खा लो टाइम हो गया दवाई दा दवा दे दे ठीक हो ठीक हो कुछ खादा पीता नहीं सवेर दा की होया सर नु चक्कर जे होंदे कोई नहीं दवाई टाइम ना खाई जाओ पैना फर्क होली होली पानी गरम सहज ਕੀ ਹਾਲ ਮੇਰੇ ਪੁੱਤਾਂ ਠੀਕ ਆ ਹਾਂ ਉਦੋਂ ਨਾਲ ਤਾਂ ਕਾਫੀ ਫਰਕ ਆ ਇੰਨਾ ਕੁੰਦੇ ਨਹੀਂ ਅਜੇ ਗੱਲਾਂ ਗੁੱਲਾਂ ਨਹੀਂ ਕਰਦੇ ਕੋਈ ਨਹੀਂ ਹੌਲੀ ਹੌਲੀ ਕਰੇਗਾ ਜਦੋਂ ਮੈਂ ਹਸਪਤਾਲ ਗਈ ਉਦੋਂ ਤਾਂ ਕਾਫੀ ਸੋਜਾਂ ਸੋਜਾਂ ਪਈਆਂ ਸੀ ਤੇ ਆ ਬਾਹਾਂ ਦਾ ਕਿਵੇਂ ਬਾਹਾਂ ਜੀ ਇੰਨਾ ਨਹੀਂ ਆਰਾਮ ਉਦਾਂ ਮਾੜਾ ਮੋਟਾ ਹੀ ਆ ਗਿਆ ਨਾਲੋਂ ਚਲ ਕੋਈ ਨਹੀਂ ਹੁਣ ਮਣੀ ਧਿਆਨ ਤੂੰ ਦੇ ਦਾ ਤੇ ਕੋਈ ਨਹੀਂ ਜਿਹੜੇ ਵੀ ਚੀਜ਼ ਦੀ ਲੋੜ ਆ ਕੰਮ ਦੀ ਲੋੜ ਆ ਮੈਨੂੰ ਦੱਸੀ ਚੰਗਾ ਠੀਕ ਆ ਮੈਂ ਤੇਰੇ ਲੱਗ ਗਈ ਆ ਤੇ ਜਦੋਂ ਜੀ ਲੋੜ ਹੋਈ ਉਸੇ ਵੇਲੇ ਤੂੰ ਮੈਨੂੰ ਆਈ ਦੇਣੀ ਆ ਠੀਕ ਕੋਈ ਨਹੀਂ ਦੱਸ ਤੂੰ ਹੁਣ ਕੋਈ ਕੰਮ ਹੈਗਾ ਕਰਨ ਨੂੰ ਨਹੀਂ ਹੋਰ ਤੇ ਕੋਈ ਕੰਮ ਨਹੀਂ ਅਜੇ ਵੇਲਾ ਜੇ ਰੋਟੀ ਪਾਣੀ ਦਾ ਕਰਨਾ ਹੈਗਾ ਤਾਂ ਮੈਂ ਕਰ ਦਿੰਨੀ ਆ ਨਹੀਂ ਨਹੀਂ ਅੱਜ ਮੈਂ ਸੋ ਸਾਰਾ ਕੰਮ ਕਰ ਲਿਆ ਕੋਈ ਨਹੀਂ ਮੈਂ ਫੇਰ ਦੱਸ ਦੂੰਗੀ ਤੁਹਾਨੂੰ ਚਲੋ ਚਲ ਤੂੰ ਬਹਿ ਜਾ ਮੈਂ ਚਾਹ ਬਣਾ ਲੈਵਾਂ ਨਹੀਂ ਕੋਈ ਨਹੀਂ ਚਾਹ ਤਾਂ ਮੈਂ ਹੁਣੇ ਪੀ ਕੇ ਚਾਹ ਚੂ ਦਿਨ ਤੂੰ ਖਿਚਲ ਕਰਿਆ ਕਰ ਤੂੰ ਸਿਰਫ ਸਹਿਜ ਵੇਲੇ ਧਿਆਨ ਦੇ ਇਹਦਾ ਧਿਆਨ ਜ਼ਰੂਰੀ ਆ ਚਾਹ ਪਾਣੀ ਤੇ ਪੀਂਦੇ ਰਹੀਦਾ ਠੀਕ ਹੈ चल ठीक है मेरे ना गेस्ट आया मैं तोर लवा ते जे लोड़ होई तो मैनू फोन कर दी चलो ठीक है ठीक है ठीक चल ध्यान रखो इहदा ध्यान रख काम कार चलते रहने ठीक है ठीक है बड़े वीर हाँ बढ़िया
ਤੇ ਮੈਂ ਚੱਲਿਆ ਕਾਲਜ ਨੂੰ ਤੇ ਕੁਝ ਲਿਆਉਣਾ ਖਾਣਾ ਪੀਣ ਨੂੰ ਦੱਸ ਦੋ ਹੁੰਦਾ ਨਹੀਂ ਨਹੀਂ ਕੁਝ ਨਹੀਂ ਫਰਕ ਹੈ ਅੱਗੇ ਨਾਲੋਂ ਚੱਲ ਭਾਬੀ ਘਰੇ ਹੈ ਮੈਂ ਤੇ ਕਿਹਾ ਸੀ ਮੈਂ ਕਰ ਲੈਣਾ ਛੁੱਟੀਆਂ ਲੈ ਲੈਣਾ ਨਹੀਂ ਜਾ ਤੂੰ ਤੇ ਉਹ ਕਹਿੰਦੇ ਰਹਿਣ ਦੇ ਚੱਲ ਬਾਕੀ ਕੋਈ ਹੋਊ ਲੋੜ ਤੇ ਮੈਨੂੰ ਫੋਨ ਕਰ ਦਿਓ ਮੈਂ ਆਜੂੰਗਾ ਫਿਰ ਠੀਕ ਹੈ ਚੱਲ ਧਿਆਨ ਰੱਖਿਓ थकावट जी महसूस करो हाँ सहज की हाल ने होना वधिया जी ठीक ठाक है सशी काल की हाल ने ठीक सहज सुनाओ किदा लगी सट सहज इदा ही ऑफिस गए ही एक दिन अच्छा पहले दिन तो कहते मैं चक्कर आन दिया तो दूसरे दिन गए तो इदा एक्सीडेंट हो गया अचानक ही अच्छा पता नहीं सिर नहीं कुछ होया सट तो काफी लगी लगती सर हाँ जी सट बहुत लगी है की दसदे डॉक्टर हुण किदा ਡਾਕਟਰ ਕੁਛ ਨਹੀਂ ਸਕੈਨ ਵਗੈਰਾ ਕੀਤੀ ਆ ਠੀਕ ਆ ਕਹਿੰਦੇ ਦਵਾਈ ਦੇ ਟਾਈਮ ਨਾਲ ਦੇ ਜਾਓ ਨਹੀਂ ਨਹੀਂ ਦਵਾਈ ਸੱਟ ਕਾਫੀ ਆ ਦਵਾਈ ਟਾਈਮ ਨਾਲ ਦੇਈ ਜਾਇਓ ਹਾਂਜੀ ਹਾਂ ਮੈਂ ਤਾਂ ਪੁੱਛਿਆ ਹਾਲ ਚਾਲ ਬੋਲਿਆ ਹੀ ਨਹੀਂ ਅੱਗੋਂ ਕੁਛ ਨਹੀਂ ਲੱਗਦਾ ਬੋਲਦੀ ਨਾ ਜਵਾਬ ਨਹੀਂ ਦਿੰਦੇ ਜੇ ਹਾਂ ਸਹਿਜ ਸਹਿਜ ਠੀਕ ਆ ਉਦਾਂ ਚੱਲ ਤੁਸੀਂ ਬੁਲਾਓ ਨਾ ਜ਼ਿਆਦਾ ਮੈਨੂੰ ਲੱਗਾ ਸੀ ਪਤਾ ਤੇ ਮੈਂ ਪੁੱਛ ਲਿਆ ਮੈਂ ਵੀ ਲੱਗਾ ਸੱਟ ਦਾ ਪਤਾ ਲੱਗਾ ਸੀ ਠੀਕ ਤੇ ਮੈਂ ਤਾਂ ਹਸਪਤਾਲ ਨਹੀਂ ਜਾ ਸਕਿਆ ਚਲੋ ਕੋਈ ਨਹੀਂ ਤੇ ਚਲੋ ਕੋਈ ਨਹੀਂ ਤੁਸੀਂ ਸੱਟ ਤੇ ਕਾਫੀ ਹੈ ਤੇ ਚਲੋ ਇਹਨੂੰ ਨਾ ਤੁਸੀਂ ਕੋਈ ਏਡਾ ਦਿਮਾਗ ਤੇ ਬੋਝ ਪਾਇਓ ਕਿੱਦਾਂ ਵੀ ਆ ਹਾਂਜੀ ਹਾਂਜੀ ਤੇ ਦਵਾਈ ਬੂਟੀ ਟਾਈਮ ਨਾਲ ਕਰੋ ਤੇ ਬਾਕੀ ਤੁਸੀਂ ਮੈਂ ਇੱਥੇ ਘਰੇ ਹੁੰਦਾ ਠੀਕ ਆ ਠੀਕ ਆ ਠੀਕ ਆ ਤੇ ਕੋਈ ਗੱਲ ਨਹੀਂ ਜਦੋਂ ਵੀ ਲੋੜ ਪਵੇ ਮੈਨੂੰ ਫੋਨ ਕਰ ਦਿਓ ਬਸ ਹਾਂ ਹਾਂਜੀ ਠੀਕ ਕੋਈ ਨਹੀਂ ਹਾਂ ਕੋਈ ਗੱਲ ਨਹੀਂ ਤੇ ਰਲ ਮਿਲ ਕੇ ਆ ਹੁਣ ਇੰਨੀ ਸੱਟ ਆ ਤੇ ਹੁਣ ਤੁਹਾਡੇ ਇਕੱਲਿਆਂ ਦੇ ਬਸ ਦੀ ਗੱਲ ਨਹੀਂ ਆ ਹਾਂਜੀ ਤੇ ਘਰੇ ਵੀ ਕੋਈ ਨਹੀਂ ਤੇ ਤੁਸੀਂ ਮੈਨੂੰ ਬਸ ਫੋਨ ਕਰ ਦੇਣਾ ਹਾਂਜੀ ਨਹੀਂ ਉਦੋਂ ਤਾਂ ਆਂਟੀ ਵੀ ਹੈਗੇ ਆ ਗਵਾਂਢ 'ਚ ਉਹ ਆਂਟੀ ਵੀ ਬਥੇਰਾ ਕਰਦੇ ਆ ਨਹੀਂ ਚਲੋ ਉਹ ਤੇ ਹੈ ਨਾ ਤੇ ਦਵਾਈ ਬੂਟੀ ਲੈਣ ਜਾਣ ਲਈ ਵੀ ਕੋਈ ਤੁਹਾਨੂੰ ਚਾਹੀਦਾ ਇਹ ਸਾਧਨ ਹਾਂਜੀ ਹਾਂਜੀ ਠੀਕ ਹੈ ਤੇ ਕੋਈ ਗੱਲ ਸੰਗਣਾ ਨਹੀਂ ਘਬਰਾਉਣਾ ਨਹੀਂ ਠੀਕ ਹੈ ਠੀਕ ਹੈ ਤੇ ਦਵਾਈ ਤਾਂ ਡਾਕਟਰ ਨੇ ਦਿੱਤੀ ਹੈ ਜੇ ਹਫਤੇ ਦੀ ਅੱਜ ਜਾਣਾ ਆ ਲੈਣ ਸਗੋਂ ਉਦੋਂ ਦੇ ਗਏ ਨਹੀਂ ਆ ਕੋਈ ਨਹੀਂ ਮੈਂ ਘਰੇ ਹੀ ਆ ਠੀਕ ਆ ਤੇ ਤੁਸੀਂ ਜਦੋਂ ਫੋਨ ਕਰੋਗੇ ਮੈਂ ਆਜੂਗਾ ਠੀਕ ਹੈ ਹਾਂਜੀ ਠੀਕ ਕੋਈ ਨਹੀਂ ਹਾਂ ਬਸ ਖਿਆਲ ਕਰੋ ਤੇ ਸੱਟ ਤੇ ਬਾਵਾ ਲੱਗਦੀ ਹੈ ਪਰ ਫੇਰ ਹੀ ਆ ਵੀ ਹੁਣ ਹੌਲੀ ਹੌਲੀ ਹੋਣੀ ਠੀਕ ਆ ਹਾਂਜੀ ਹੌਲੀ ਤੁਸੀਂ ਵੀ ਨਹੀਂ ਚਿੰਤਾ ਕਰਨੀ ਤੇ ਇਹਨੂੰ ਦਿਮਾਗ 'ਤੇ ਕੋਈ ਬੋਝ ਨਹੀਂ ਪਾਉਣ ਦੇਣਾ ਬਸ
ਲਵਾਂ ਲੱਤਾਂ ਘੁੱਟ ਦੇਣਾ ਫਿਰ ਫਰਕ ਹੈ ਅੱਗੇ ਨਾਲੋਂ सहज जोबन कॉलेज चल गया वा तो अज दवाई भी लैके आनी आ तो मैं भाजी फोन करा दवाई लाइए जाके तो मैं भाजी फोन कर ला हाँ जी वी भाजी तुम दसो हाँ जी भाजी मैनू काम ही वह जाना ही चाहिए अच्छा दवाई लैन तो जोबन भी कॉलेज चल गया आ हाँ जी 2 बजे तक होंगे डॉक्टर फिर तुम टाइम ना आ जाओ चलो ठीक है अभी उन्दे तैयार हो जाने ठीक ओके ते जो लोड़ होवे ना हाँ जी बिना झिझक तो फोन करना ठीक है थीक मैं उसे ला जूंगा ठीक है चंगा मैं चलता फिर काम है चलो ठीक है चंगा अरे अज तो थक ही गई मैं सारा दिन काम कर करके उत्तों सहज की सेवा उत्तों प्रौहने होंगे रेंदे उत्तों इन्ना काम अभी तो बहुती थकावट ही पई आदा कर दी आंटी मैं तो फोन कर दी हाँ आंटी को कहनी आ गए मैंने थोड़ी हेल्प करवा मेरे तो कोई काम नहीं होना हूँ आंटी कर दी हाँ फोन सत श्रीकाल आंटी जी होर की हाल चाल आंटी मेरे काम थोड़ा जहाँ ढेर आऊंगे घर नहीं नहीं कुछ नहीं बस घर का थोड़ा जहा काम करना है हाँ चलो ठीक आ जाओ फिर ठीक है आंटी तो मान गई तो आंटी को कहनी है आ जाओ आंटी हाँ जी तो फोन किया फोन मिनट ही किया अज मेरी ना सेहत नहीं ठीक है थोड़ी जी अच्छा तो थोड़ी जी रोटियां लाने वाली ला दोगे कोई नहीं मैं रसोई का सारा काम कर देनी भांडा छंडा जो है मांजन वाला मांज देनी मैं मेरी तो थकावट ही बड़ी उठिया नहीं जान डे मेरे को मैं तो तेन पुत कि नहीं मेरा क्या भी जो कोई काम हो ना कली खपया कर मैनू कह दिया कर मैं कह जीत नहीं मैं कर डाया पर मैं तो हूं ही नहीं डाया काम कोई चल कोई नहीं तू बह जा तो मैं कर दिनी सारा काम ठीक है उ प्या सारा समान उ अंदर ही कोई नहीं कर दिनी